ਹਾਂਜੀ ਵੀ ਕਿਵੇਂ ਹੋ ਸਾਰੇ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਤੇ ਬਾਈ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਨੀ ਹੈ ਕਿ ਜਿਹੜਾ ਜੌਂਡੀਅਰ ਉਹ ਆਪਦੇ ਗੇਅਰਾਂ 'ਚ PTO ਯਾਨੀ ਕਿ ਗੇਅਰਾਂ 'ਚ PTO ਕਿਉਂ ਨਹੀਂ ਦਿੰਦਾ, ਜਿਹੜਾ ਉਹਦਾ ਮੇਨ PTO ਵਾਲਾ ਗੇਅਰ ਹੁੰਦਾ ਯਾਨੀ ਕਿ ਰਿਵਰਸ PTO ਦੇ ਨਾਲ 540 ਇਕੋਨਮੀ PTO ਅਤੇ 540 ਪਾਵਰ PTO ਦਾ ਆਪਸ਼ਨ ਇਹ ਕਿਉਂ ਨਹੀਂ ਦਿੰਦਾ। ਠੀਕ ਹੈ ਬਾਈ, ਅੱਜ ਦੀ ਵੀਡੀਓ 'ਚ ਆਪਾਂ ਇਸ ਦੇ ਬਾਰੇ ਗੱਲ ਕਰ ਰਹੀ ਹਾਂ। ਅਤੇ ਅੱਜ ਥੋੜ੍ਹਾ ਸਾ ਫੀਲਡ 'ਚ ਆਪਾਂ ਬਿਜ਼ੀ ਸੀਗੇ, ਪਰ ਹੁਣ ਥੋੜ੍ਹਾ ਟਾਈਮ ਮਿਲਿਆ, ਮੈਂ ਕਿਹਾ ਚਲੋ ਆਪਾਂ ਵੀਡੀਓ ਅੱਜ ਹੀ ਬਣਾ ਲਈਏ, ਚਲੋ ਹੈ ਨਾ, ਨਹੀਂ ਟਾਈਮ ਨਹੀਂ ਮਿਲਣਾ ਸੀ ਅੱਜ। ਅਤੇ ਉਸ ਤੋਂ ਪਹਿਲਾਂ ਅੱਜ ਆਪਾਂ ਕਮਿਊਨਿਟੀ ਪੋਸਟ ਪਾਈ ਸੀ ਜਿਹੜੀ ਪਹਿਲੀ ਆਪਾਂ ਚੈਨਲ 'ਤੇ, ਉੱਤੇ ਬਹੁਤ ਸਾਰੇ ਵੀਰਾਂ ਨੇ ਕਮੈਂਟ ਵੀ ਕਰੇ, ਮੈਂ ਪੁੱਛਿਆ ਸੀ ਕਿਸ ਟੋਪਿਕ 'ਤੇ ਵੀਡੀਓ ਚਾਹੀਦੀ ਹੈ, ਅਤੇ ਉਹਨਾਂ ਨੇ ਕਈਆਂ ਨੇ ਕਿਹਾ 5405 ਦੀ ਸਪੀਡਾਂ ਬਾਰੇ ਦੱਸੋ। ਵਾਹ ਵਾਹ ਕਮੈਂਟ ਆਏ ਉਹਨਾਂ ਨੇ, ਬਹੁਤ ਸਾਰੇ ਕਮੈਂਟਸ ਆਏ ਹੈ ਨਾ, 30 ਤੋਂ 35 ਕਮੈਂਟਸ। ਆਪਾਂ ਸਾਰੇ ਟੋਪਿਕ ਬਾਈ ਆਪਾਂ ਕਵਰ ਕਰ ਲੈਣੇ, ਸਾਰੇ ਟੋਪਿਕ ਹੌਲੀ ਹੌਲੀ ਜਿਵੇਂ ਜਿਵੇਂ ਆਪਾਂ ਵੀਡੀਓ ਪਾਈ ਜਾਣੀ ਹੈ। ਪਰ ਅੱਜ ਆਪਾਂ ਟੋਪਿਕ ਜਿਹੜਾ ਮੇਨ ਟੋਪਿਕ ਹੈ PTO ਉੱਤੇ ਗੱਲ ਕਰਨੀ ਹੈ ਜੀ ਆਪਾਂ। ਠੀਕ ਹੈ ਬਾਈ ਜੀ, ਹੈ ਨਾ, ਚਲੋ ਫਿਰ ਕਰਦੇ ਹਾਂ ਸ਼ੁਰੂ। ਅਤੇ ਸਭ ਨਾਲ ਪਹਿਲਾਂ ਆਪਾਂ ਗੱਲ ਕਰਦੇ ਹਾਂ, ਤੁਹਾਨੂੰ ਆਪਾਂ ਐਗਜ਼ਾਮਪਲ ਦੇ ਦਿੰਦੇ ਹਾਂ ਇੱਕ, ਹੈ ਨਾ ਬਾਈ ਜੀ। ਜਿਵੇਂ ਹੁਣ ਦੂਜੇ ਟਰੈਕਟਰਾਂ ਦੀ PTO ਤੁਹਾਨੂੰ ਪਤਾ ਹੀ ਹੈ, ਹੈ ਨਾ, ਸਿੱਧੀ ਇੱਥੋਂ ਸਿੱਧਾ ਡਿਜ਼ਾਈਨ ਹੁੰਦਾ ਸਾਰਿਆਂ ਦਾ PTO ਦਾ, ਹੈ ਨਾ, ਸਿੱਧਾ ਡਿਜ਼ਾਈਨ। ਬੇਸਿਕਲੀ ਜੌਂਡੀਅਰ ਨੂੰ ਸਾਰੇ ਲੋਕ ਕਹੇ ਜਾਂਦੇ ਜੀ PTO ਇਸ ਕਰਕੇ ਕਾਮਯਾਬ ਹੈ ਕਿਉਂਕਿ ਜਿਹੜਾ PTO ਡਿਜ਼ਾਈਨ ਉਹ ਸਿੱਧਾ ਹੁੰਦਾ, ਹੈ ਨਾ, ਸਿੱਧਾ ਬਾਈ ਜੀ ਸਾਰਿਆਂ ਦਾ ਹੀ ਹੁੰਦਾ। ਪਰ ਦਿੱਕਤ ਪਤਾ ਜੀ ਕਿੱਥੇ ਹੁੰਦੀ ਹੈ ਨਾ, ਜਿਹੜਾ ਤੁਸੀਂ ਫਿਰ ਕਹਿੰਦੇ ਗੇਅਰਾਂ 'ਚ PTO, ਜਦੋਂ ਦੂਜੇ ਟਰੈਕਟਰਾਂ ਜਿਹੜੀ ਆਪਾਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਹੇ, ਪਰ ਦੂਸਰੇ ਨੋਰਮਲ ਟਰੈਕਟਰਾਂ ਦੀ ਗੱਲ ਕਰ ਰਹੇ, ਹੈ ਨਾ, ਦੂਜਿਆਂ ਦੀ ਇੱਥੋਂ ਚੱਕ ਕੇ ਇੱਥੋਂ ਜਿਹੜੀ ਹੁੰਦਾ ਨਾ ਡਿਜ਼ਾਈਨ ਉਹ ਤਾਂ ਸਿੱਧਾ ਹੀ ਹੁੰਦਾ, ਅਤੇ ਜੌਂਡੀਅਰ ਦਾ ਇੱਥੋਂ ਜਾ ਕੇ ਪਿੱਛੋਂ ਤਾਂ ਹੀ ਸਿੱਧਾ ਜਾਂਦਾ ਉਹ ਡਿਜ਼ਾਈਨ। ਠੀਕ ਹੈ ਜੀ ਬਾਈ ਜੀ, ਪਿੱਛੋਂ ਤੱਕ ਵੀ ਉਹ ਡਿਜ਼ਾਈਨ ਸਿੱਧਾ ਜਾਂਦਾ। ਅਤੇ ਦੂਜਿਆਂ ਦਾ ਹੁਣ ਕੀ ਹੁੰਦਾ, ਜੋ ਗੇਅਰਾਂ 'ਚ PTO ਆ ਜਾਂਦੀ ਹੈ ਉਹਨਾਂ ਹੁਣ ਕੀ ਹੁੰਦਾ ਇੱਥੇ ਆਉਂਦਾ, ਜਦੋਂ ਇੱਦਾਂ ਹੀ ਉਹ PTO ਵਾਲਾ ਆਪਣੀ ਸ਼ਾਫਟ ਆ ਜਾਂਦੀ ਹੈ ਤਾਂ ਵਿੱਚ ਉਹ ਫਿਰ ਜੇ ਗੇਅਰਾਂ 'ਚੋਂ ਯਾਨੀ ਕਿ ਆਪਣੀ ਜਦੋਂ PTO ਬਣਾਉਂਦੇ ਆ ਫਿਰ, ਹੈ ਨਾ, ਉਹ ਸਪੀਡ ਤੋਂ 'ਚ ਫਿਰ ਗਰਾਰੀਆਂ ਡਰ ਲੱਗ ਜਾਂਦੀਆਂ। ਠੀਕ ਹੈ, ਤਾਂ ਉਸ ਕਰਕੇ ਉਹਨਾਂ ਦਾ ਡਿਜ਼ਾਈਨਰ ਸਿੱਧਾ ਨਹੀਂ ਹੁੰਦਾ। ਫਿਰ ਅੱਗੇ ਜਾ ਕੇ ਉਹਨਾਂ ਦਾ ਕਈਆਂ ਦੇ ਪਿੱਛੇ ਉਹਨਾਂ ਦਾ ਕੌਨੀ PTO ਵਾਲਾ ਗੇਅਰ 4 ਗੇਅਰ ਹੁੰਦੇ ਕਈਆਂ ਦੇ, ਹੈ ਨਾ, ਇੱਥੇ ਵੀ ਫਿਰ ਅੱਡ ਅੱਡ ਗਰਾਰੀਆਂ ਹੁੰਦੀਆਂ, ਪਿੱਛੇ ਜਾ ਕੇ ਕੋਈ ਅੱਡ ਅੱਡ ਗਰਾਰੀਆਂ ਫਿਰ ਉਹਦੇ ਲੱਗ ਜਾਂਦੀਆਂ, ਹੈ ਨਾ। ਹੁਣ ਤੁਹਾਨੂੰ ਮੈਂ ਦੱਸ ਦਿੰਦਾ ਜੌਂਡੀਅਰ ਦੇ ਇਹ ਸਭ ਕਿਉਂ ਨਹੀਂ ਹੁੰਦਾ, ਹੈ ਨਾ। ਤੁਹਾਨੂੰ ਪਹਿਲਾਂ ਮੈਂ ਐਗਜ਼ਾਮਪਲ ਦਿੰਦਾ ਇੱਕ, ਮੰਨ ਲਓ ਜੀ ਹੁਣ ਟਰੈਕਟਰ ਦੀ ਇੱਕ ਬੈਟਰੀ ਹੈ, ਹੈ ਨਾ ਜੀ, ਟਰੈਕਟਰ ਦੀ ਇੱਕ ਮੰਨ ਲਓ ਕੋਈ ਇੱਕ ਬੈਟਰੀ ਹੈ, ਆਪਾਂ ਉਸ ਤੋਂ ਇੱਕ ਯਾਨੀ ਕਿ 12 ਵੋਲਟ ਦੀ ਬੈਟਰੀ ਆ, ਅਤੇ ਇੱਕ 12 ਵੋਲਟ ਦਾ ਹੀ ਆਪਾਂ ਇੱਕ ਲਾਈਟ ਹੈ ਯਾਨੀ ਕਿ ਉਹਨੂੰ ਆਪਾਂ ਜਗਾਉਣਾ। ਠੀਕ ਹੈ ਜੀ, ਅਤੇ ਉਹਦੇ ਨਾਲ ਹੁਣ ਕੀ ਹੁੰਦਾ ਜੀ, ਆਪਾਂ ਜਦੋਂ ਲਾਈਟ ਜਗਾਵਾਂਗੇ, ਹੈ ਨਾ, ਆਪਾਂ ਹੁਣ ਉਹਦੇ ਵਿੱਚ ਸਿੱਧੀ ਇੱਕ ਪਲੱਗ ਲਾਉਣਾ ਸਵਿੱਚ ਦਾ, ਹੈ ਨਾ, ਅਤੇ ਇੱਕ ਆਪਾਂ ਲਾ ਦਾਂਗੇ ਵਿੱਚ ਯਾਨੀ ਕਿ ਮੀਟਰ ਲਾ ਦਾਂਗੇ 12 ਵੋਲਟ ਪੂਰੇ ਜਾ ਰਿਹਾ, ਹੈ ਨਾ, ਕਿ ਨਹੀਂ ਜਾ ਰਿਹਾ, ਹੈ ਨਾ, ਸਮਝ ਰਹੇ ਹੋ ਤੁਸੀਂ ਮੇਰੀ ਗੱਲ ਨੂੰ। ਇੱਥੇ ਇੱਕ ਬੈਟਰੀ ਮੰਨ ਲਓ, ਇੱਥੋਂ ਆਪਾਂ ਵਾਇਰ ਲਾ ਕੇ ਇੱਥੇ ਬਲਬ ਲਾਤਾ, ਵਿੱਚ ਮੀਟਰ ਲਾਤਾ ਕਿ ਪੂਰੀ, ਹਾਂਜੀ, ਇੰਨੀ ਪਾਵਰ ਉੱਥੇ 12 ਵੋਲਟ ਦੀ ਜਾ ਰਹੀ ਹੈ। ਹੁਣ ਜੇ ਵਿੱਚ ਆਪਾਂ ਐਂ ਕਰਾਂਗੇ ਵਿੱਚ, ਹੈ ਨਾ, ਉੱਥੋਂ ਬੈਟਰੀ ਤੋਂ ਇੱਥੇ LED ਲਾਤੀ, ਜਦੋਂ ਲਾਈਟ ਜਾਵੇ LED ਜਗੇ, ਹੈ ਨਾ, LED ਲਾਤੀ ਇੱਕ, ਇੱਥੇ ਫਿਰ ਆਪਾਂ ਇੱਕ ਅੱਡ ਸਵਿੱਚ ਲਾਤੀ, ਇੱਕ ਫਿਊਜ ਵਿੱਚ ਲਾਤਾ, ਅਤੇ ਹੈ ਨਾ, ਵਿੱਚ ਆਪਾਂ ਇੱਕ ਮੀਟਰ ਇੱਕ ਆਪਾਂ ਯਾਨੀ ਕਿ ਉਹ ਲਾਤਾ ਰਿਮੋਟ ਕੰਟਰੋਲ, ਜਿਹਦੇ ਨਾਲ ਥੋੜ੍ਹੀ ਲਾਈਟ ਆਪਾਂ ਵਧਾ ਦਈਏ ਘਟਾ ਦਈਏ, ਹੈ ਨਾ। ਉਹਦੇ ਨਾਲ ਫਿਰ ਕੀ ਹੋਊਗਾ, ਜਿਹੜੀ ਬੈਟਰੀ ਦੀ 12 ਵੋਲਟ ਦੀ ਪਾਵਰ ਉਹ ਤੋਂ ਕੁਛ ਨਾ ਕੁਛ ਯਾਨੀ ਕਿ 1 ਵੋਲਟ ਜਾਂ ਕੁਛ ਨਾ ਕੁਛ ਵੋਲਟ ਤਾਂ ਘੱਟ ਹੀ ਜਾਣੀ ਹੈ ਕਿਉਂਕਿ LED ਵਿੱਚ ਜਾਊਗੀ, ਫਿਊਜ ਵਿੱਚ ਜਾਊਗੀ, ਜਿਹੜਾ ਆਪਣਾ ਮੀਟਰ ਲਾਇਆ ਉਹਦੇ ਵਿੱਚ ਜਾਊਗੀ, ਅਤੇ ਆਪਣਾ ਜਿਹੜਾ ਆਪਾਂ ਰਿਮੋਟ ਲਾਇਆ ਉਹਦੇ ਵਿੱਚ ਜਾਊਗੀ। ਉਹਦੇ ਨਾਲ ਫਿਰ ਕੀ ਹੁੰਦਾ, ਆਪਣੇ ਬਲਬ ਨੂੰ ਜਿੰਨੀ ਲਾਈਟ ਚਾਹੀਦੀ ਹੈ ਉਹ ਉਹਨੂੰ ਪੂਰੀ ਨਹੀਂ ਮਿਲ ਪਾਉਂਦੀ, ਹੈ ਨਾ, ਤੁਸੀਂ ਸਮਝ ਰਹੇ ਹੋ ਮੈਂ ਕੀ ਕਹਿਣਾ ਚਾਹੁੰਦਾ। ਅਤੇ ਉਹੀ ਫਿਰ ਹੁਣ ਜੌਂਡੀਅਰ 'ਚ ਆ ਜਾਂਦਾ ਬਾਈ ਜੀ, ਆ ਦੇਖ ਲਓ ਤੁਸੀਂ, ਹੈ ਨਾ, ਜਦੋਂ ਜਿਹੜੀ ਪਾਵਰ ਪੂਰੀ, ਹੈ ਨਾ, ਇੰਜਨ ਦੀ ਆਪਣੀ, ਜਦੋਂ ਉਹ ਇਹਦੇ ਵਿੱਚ ਜਾ ਕੇ ਗਰਾਰੀਆਂ ਜਾ ਕੇ ਜਿਹੜੀ ਪਾਵਰ ਲੋਸ ਹੋ ਜਾਊਗੀ, ਹੈ ਨਾ, ਤੁਸੀਂ ਸਮਝ ਰਹੇ ਕਿ ਜਿੰਨਾ ਹੀ ਆਪਣੇ ਗੇਅਰ ਬੋਕਸ ਜਿੰਨਾ ਜ਼ਿਆਦਾ ਗਰਾਰੀਆਂ ਹੋਣਗੀਆਂ ਯਾਨੀ ਕਿ ਜਿਹੜੀ ਟਾਇਰਾਂ ਦੇ ਵਿੱਚ ਹਿੱਸੇ ਵਿੱਚ ਜਿੰਨੀਆਂ ਜ਼ਿਆਦਾ ਗਰਾਰੀਆਂ ਹੋਣਗੀਆਂ ਉਨੀ ਜ਼ਿਆਦਾ ਪਾਵਰ ਲੋਸ ਹੋਣੀ ਇੰਜਨ ਦੀ, ਅਤੇ ਟਾਇਰਾਂ 'ਤੇ ਉਨੀ ਪਾਵਰ ਪ੍ਰੋਡਿਊਸ ਨਹੀਂ ਹੋਊਗੀ। ਅਤੇ ਉਹੀ ਗੱਲ ਇੱਥੇ ਆ ਜਾਂਦੀ ਬਾਈ ਜੀ, ਜਿੰਨਾ ਹੀ ਇੱਥੇ ਜ਼ਿਆਦਾ ਗੇਅਰਾਂ 'ਚ ਜਿਉਂਡਰੀ ਸਪੀਡ ਦਊਗੀ ਅਤੇ ਆਪਣੀਆਂ ਹਰ ਚੀਜ਼ਾਂ ਨੂੰ ਚੇਂਜ ਕਰੂਗੀ, ਉਨੀ ਜ਼ਿਆਦਾ ਗਰਾਰੀਆਂ ਹਿੱਸੇ 'ਚ ਵਧਣਗੀਆਂ, ਅਤੇ ਜਿੰਨਾ PTO ਦੀ ਪਾਵਰ ਬਹੁਤ ਜ਼ਿਆਦਾ ਲੋਸ ਹੋ ਜਾਊਗੀ। ਤੁਸੀਂ ਸਮਝ ਰਹੇ ਹੋ ਬਾਈ ਜੀ ਮੈਂ ਕੀ ਕਹਿਣਾ ਚਾਹੁੰਦਾ ਨਾ ਤੁਹਾਨੂੰ। ਬਾਕੀ ਜੌਂਡੀਅਰ ਦੇ ਇੰਜੀਨੀਅਰਸ ਦਾ ਇਹੀ ਕਹਿਣਾ ਕਿ ਸਾਡੇ ਟਰੈਕਟਰ ਨੂੰ ਬੇਸਿਕਲੀ ਇੰਨੀਆਂ ਸਪੀਡਾਂ ਦੀ ਲੋੜ ਹੀ ਨਹੀਂ ਹੈ। ਰੀਜ਼ਨ ਕੀ ਹੈ ਬਾਈ ਜੀ, ਹੈ ਨਾ, ਤੁਸੀਂ ਕਦੇ ਵੀ ਨਹੀਂ ਦੇਖਿਆ ਹੋਣਾ ਜੌਂਡੀਅਰ ਤੁਰੀ ਮਸ਼ੀਨ 'ਤੇ ਫੇਲ ਹੋਇਆ ਹੋਇਆ, ਹੈ ਨਾ। ਅਤੇ ਬਾਕੀ ਤੁਹਾਨੂੰ ਪ੍ਰੂਫ ਦੇਣਾ ਮੈਂ, ਬਾਕੀ ਯਾਰ ਦੇਖ ਲਓ ਜਿੱਦਣ ਮੈਨੂੰ ਟਾਈਮ ਮਿਲਿਆ ਆਪਾਂ ਨਾਲ ਦੇ ਪਿੰਡ ਜਾ ਕੇ ਨਾ ਮੈਂ ਇੱਕ ਟਰੈਕਟਰ ਦੀ ਵੀਡੀਓ ਬਣਾ ਕੇ ਲਿਆਊਂਗਾ ਨਾ। 5105 ਜੌਂਡੀਅਰ ਕਿੰਨੇ ਐਚ ਹਾਸ ਪਾਵਰ ਤੁਹਾਨੂੰ ਨਹੀਂ ਪਤਾ, 40 ਹਾਸ ਪਾਵਰ, ਹੈ ਨਾ, 5105 ਜੌਂਡੀਅਰ, ਉਹਦੀ ਆਪਾਂ ਵੀਡੀਓ ਬਣਾ ਕੇ ਲਿਆਵਾਂਗੇ ਜੀ। ਕੰਬਾਈਨ 'ਤੇ ਚੱਲਦਾ ਜੀ ਹੁਣ, ਤੁਹਾਨੂੰ ਆਸਾ ਹੋਣਾ ਵਾਲਾ, ਆਪਾਂ ਵੀਡੀਓ ਬਣਾ ਕੇ ਤੁਹਾਨੂੰ ਵੀਡੀਓ ਵੀ ਭੇਜਾਂਗੇ ਮੇਰੇ ਕੋਲ ਹੋਈ ਤਾਂ ਕੋਈ ਉਹਦੇ ਚੱਲਦੇ ਦੀ। ਠੀਕ ਹੈ ਜੀ, ਬਾਕੀ ਜਦੋਂ ਸੀਜ਼ਨ ਆ ਗਿਆ ਉਦੋਂ ਆਪਾਂ ਵੀਡੀਓ ਪਾਵਾਂਗੇ ਉਹ ਟਰੈਕਟਰ ਦੀ, ਆਹ ਦੇਖੋ, ਹੈ ਨਾ, ਉਹਦੀ ਆਪਾਂ ਵੀਡੀਓ ਪਾਉਣੀ ਉਦੋਂ ਤਾਂ ਦੇਖੋ ਜੀ। ਹੁਣ ਉਹ ਟਰੈਕਟਰ ਕੀ ਹੈ, 2 ਸਪੀਡਾਂ ਹੀ ਆ, 540 E ਅਤੇ 540 ਪਾਵਰ PTO। ਹੁਣ ਉਹ ਟਰੈਕਟਰ 40 ਹਾਸ ਪਾਵਰ ਮੈਨੂੰ ਹੋਰ ਦੱਸੋ ਕਿਹੜਾ ਮਸ਼ੀਨ 'ਤੇ ਚੱਲਦਾ, ਤੁਸੀਂ ਦੇਖਿਆ ਤੂੜੀ ਵਾਲੀ ਕੰਬਾਈਨ 'ਤੇ ਜਾਂ ਆਪਣੀ ਵੱਡੀ ਮਸ਼ੀਨ 'ਤੇ, ਹੈ ਨਾ। ਹੁਣ ਤੂੰ ਪਤਾ ਲਾ ਸਕਦੇ ਜੌਂਡੀਅਰ ਦੀ PTO ਪਾਵਰ ਇਸੇ ਕਰਕੇ ਇੰਨੀ
ਜਿਹੜੀ ਗੱਲ ਉਹ ਸਮਝ ਆਈ ਹੋਊਗੀ ਮੈਂ ਕੀ ਕਹਿਣਾ ਚਾਹੁੰਦਾ ਸੀ ਇਸ ਵੀਡੀਓ 'ਚ। ਅਤੇ ਜਿਹੜੀ ਅੱਜ ਦੀ ਵੀਡੀਓ ਬਸ ਇੰਨਾ ਹੀ ਸੀ, ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ, ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ। ਚਲੋ ਫਿਰ ਮਿਲਦੇ ਹਾਂ ਆਪਾਂ ਅਗਲੀ ਵੀਡੀਓ 'ਚ।